1984 ਸਿੱਖ ਕਤਲੇਆਮ ਵਿੱਚ ਦਹਾਕਿਆਂ ਲੰਬਾ ਇਨਸਾਫ ਦਾ ਇੰਤਜ਼ਾਰ ਸਦੀਆਂ ਵਿੱਚ ਬਦਲ ਜਾਵੇਗਾ, ਪਰ ਇਨਸਾਫ ਲਈ ਤਰਸ ਦੀਆਂ ਅੱਖਾਂ ਨੂੰ ਇਨਸਾਫ ਮਿਲਣਾ ਤਾਂ ਦੂਰ, ਪਰ ਇਸ ਕਤਲੇਆਮ ਵਿੱਚ ਮਾਰੇ ਸਿੱਖਾਂ ਦੀਆਂ ਲਾਸ਼ਾਂ ਉੱਪਰ ਸਿਆਸਤਕਾਰ ਕਈ ਸੱਤਾ ਦੀਆਂ ਪੌੜੀਆਂ ਚੜ ਗਏ, ਕਈ ਕੋਰਟ ਕਚਹਿਰੀਆਂ ਵਿੱਚ ਇਨਸਾਫ ਲਈ ਖੁਦ ਨੂੰ ਮਸੀਹੇ ਵਾਂਗ ਪੇਸ਼ ਕਰ ਆਪਣਾ ਕੈਰੀਅਰ ਚਮਕਾ ਗਏ, ਪਦਮ ਸ਼੍ਰੀ ਨਾਲ ਸਨਮਾਨੇ ਗਏ। ਇੱਕਾ ਦੁੱਕਾ ਮਾਮਲਿਆਂ ਦੀ ਪੈਰਵਾਈ ਕਰਦਿਆਂ ਇੱਕ ਦੋ ਮੁਲਜ਼ਮਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਤੇ ਆਪਣੀ ਪਿੱਠ ਥਾਪੜਦੇ ਰਹੇ, ਪਰ ਇਹ ਲੋਕ ਇਹਨਾਂ ਤੱਥਾਂ ਤੋਂ ਅਣਜਾਣ ਹਨ ਕਿ ਇਸ ਅੰਨੇ ਕਤਲੇਆਮ ਵਿੱਚ ਸਬੂਤ ਕਿਸ ਤਰ੍ਹਾਂ ਮਿਟਾਏ ਗਏ, ਸਿਸਟਮ ਤੇ ਪੁਲਿਸ ਨੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਈ। ਇਹ ਤਮਾਮ ਖੁਲਾਸੇ ਹਾਲ ਹੀ ਵਿੱਚ ਪੇਸ਼ ਹੋਈ SIT ਰਿਪੋਰਟ ਵਿੱਚ ਹੋਏ ਹਨ। ਇਸ SIT ਰਿਪੋਰਟ ਵਿੱਚ ਹੋਏ ਵੱਡੇ ਇਨਕਸਾਫ, ਇਸ ਕਤਲੇਆਮ ਪਿੱਛੇ ਹਕੂਮਤ ਦੀ ਸਾਜ਼ਿਸ਼ ਅਤੇ ਸਿਸਟਮ ਦੀ ਮਿਲੀ ਭੁਗਤ ਨੂੰ ਚਿੱਟੇ ਦਿਨ ਨੰਗਾ ਕਰ ਗਏ ਹਨ। January 2018 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਬਣੀ ਵਿਸ਼ੇਸ਼ ਜਾਂਚ ਟੀਮ SIT ਨੇ 2015 ਵਿੱਚ ਸਬੂਤਾਂ ਦੀ ਅਣਹੋਂਦ 'ਚ ਬੰਦ ਕੀਤੇ 199 ਕੇਸ ਮੁੜ ਖੋਲੇ, ਜਾਂਚ ਹੋਈ ਅਤੇ ਇੱਕ ਵਾਰ ਫਿਰ ਚੋਣਾਂ ਤੋਂ ਐਨ ਪਹਿਲਾਂ ਕਤਲੇਆਮ ਉੱਪਰ ਸਿਆਸੀ ਰੋਟੀਆਂ ਸੇਕਣ ਲਈ ਕੇਂਦਰ ਸਰਕਾਰ ਨੇ ਇਸ SIT ਦੀਆਂ ਸਾਰੀਆਂ ਸਿਫਾਰਿਸ਼ਾਂ ਮਨਜ਼ੂਰ ਕਰਦਿਆਂ ਕੋਰਟ ਵਿੱਚ ਇਸ ਤੇ ਕਾਰਵਾਈ ਦੀ ਹਾਮੀ ਭਰ ਦਿੱਤੀ। ਪਰ ਸਰਕਾਰੀ ਅੰਕੜਿਆਂ ਤੇ ਹੀ ਯਕੀਨ ਕਰੀਏ ਤਾਂ 2700 ਸਿੱਖਾਂ ਦੇ ਰਾਜਧਾਨੀ ਵਿੱਚ ਕਤਲ ਮਾਮਲੇ ਵਿੱਚ ਕਿੰਨਿਆਂ ਕੁ ਨੂੰ ਸਜ਼ਾ ਹੋਈ, ਇਹ ਸਾਡੇ ਲੋਕਤੰਤਰ ਦੇ ਮੱਥੇ ਉੱਪਰ ਕਲੰਕ ਹੈ, ਇੱਕ ਵੱਡਾ ਤੱਬਾ ਹੈ। ਨਾ ਸਿਰਫ ਪੁਲਿਸ ਪ੍ਰਸ਼ਾਸਨ ਤੇ ਸਿਸਟਮ ਬਲਕਿ ਸਾਡੇ ਮੁਲਕ ਦੇ ਕਾਨੂੰਨੀ ਢਾਂਚੇ ਜੁਡੀਸ਼ਰੀ ਨੂੰ ਵੀ ਸਵਾਲਾਂ ਵਿੱਚ ਖੜਾ ਕਰਦਾ ਹੈ। SIT ਵੱਲੋਂ ਜਾਂਚੇ 426 ਬੇਦੋਸ਼ੀਆਂ ਦੇ ਕਾਤਲ ਅੱਜ ਵੀ ਆਜ਼ਾਦ ਘੁੰਮ ਰਹੇ ਹਨ ਤਾਂ ਸਵਾਲ ਸਮੇਂ ਸਮੇਂ ਦੇ ਬਣੀਆਂ ਸਰਕਾਰਾਂ ਤੋਂ ਵੀ ਪੁੱਛਣਾ ਬਣਦਾ ਹੈ। SIT ਦੀ ਰਿਪੋਰਟ ਮੁਤਾਬਕ ਪੁਲਿਸ ਅਤੇ ਪ੍ਰਸ਼ਾਸਨ ਨੇ ਇਹਨਾਂ ਮਾਮਲਿਆਂ ਨਾਲ ਨਜਿੱਠਣ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ। SIT ਰਿਪੋਰਟ ਮੁਤਾਬਕ ਇਸ ਪਿੱਛੇ ਹੇਠਲੀਆਂ ਅਦਾਲਤਾਂ ਦੀ ਅਸਫਲਤਾ ਵੀ ਵੱਡਾ ਕਾਰਨ ਹੈ। ਕਾਨੂੰਨ ਦੇ ਤਹਿਤ ਇੱਕੋ ਵਿਅਕਤੀ ਦੇ ਖਿਲਾਫ ਇੱਕੋ ਕਿਸਮ ਦੇ ਸਿਰਫ 3 ਮੁਕੱਦਮੇ ਇਕੱਠੇ ਕੀਤੇ ਜਾ ਸਕਦੇ ਹਨ, ਪਰ ਸ਼ੁਰੂਆਤੀ ਵਰ੍ਹਿਆਂ 1999 ਅਤੇ 1994 ਦਰਮਿਆਨ ਕਤਲੇਆਮ ਦੇ ਕੇਸਾਂ ਦੀ ਸੁਣਵਾਈ ਕਰਨ ਵਾਲੇ ਜਸਟਿਸ SS ਬਾਲ ਅਤੇ JB ਗੋਇਲ ਨੇ ਪੁਲਿਸ ਨੂੰ ਵੱਖ ਵੱਖ ਵਾਰਦਾਤਾਂ ਅਨੁਸਾਰ ਚਲਾਨ ਪੇਸ਼ ਕਰਨ ਦੀਆਂ ਹਦਾਇਤਾਂ ਹੀ ਨਹੀਂ ਦਿੱਤੀਆਂ। ਰਿਪੋਰਟ ਵਿੱਚ ਦਰਜ ਹੈ ਕਿ FIR ਨੰਬਰ 478-84 ਕਲਿਆਣਪੁਰੀ ਪੁਲਿਸ ਸਟੇਸ਼ਨ ਵਿੱਚ ਕਤਲੇਆਮ ਪੀੜਤ ਇੰਦਰੋ ਦੇਵੀ ਦੀ ਸ਼ਿਕਾਇਤ ਉੱਪਰ ਦਰਜ ਕੀਤੀ ਗਈ, ਜਿਸ ਦੇ ਜਵਾਈ ਬਲਵੰਤ ਸਿੰਘ ਦਾ ਇੱਕ ਹਿੰਸਕ ਭੀੜ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਇਹ ਸਭ ਉਸ ਦੀਆਂ ਅੱਖਾਂ ਸਾਹਮਣੇ ਵਾਪਰਿਆ। ਉਹ ਭੀੜ ਵਿੱਚੋਂ 4 ਦੋਸ਼ੀਆਂ ਨੂੰ ਪਹਿਚਾਣਦੀ ਸੀ, ਪਰ ਪੁਲਿਸ ਨੇ ਇਸ ਕਰਕੇ ਇਸ ਮਾਮਲੇ ਦੀ ਜਾਂਚ ਤੋਂ ਮਨਾ ਕਰ ਦਿੱਤਾ, ਕਿਉਂਕਿ ਇਹ ਕੇਸ ਇੱਕ ਹੋਰ FIR ਨੰਬਰ 426-84 ਵਿੱਚ ਪਹਿਲਾਂ ਹੀ ਦਰਜ ਸੀ। ਇਸ ਮਾਮਲੇ ਨੂੰ ਤ੍ਰਿਲੋਕਪੁਰੀ ਦੇ ਸਾਰੇ 200 ਕਤਲ ਮਾਮਲਿਆਂ ਵਿੱਚ ਰੋਲ ਦਿੱਤਾ ਗਿਆ। ਇਸ ਕਤਲੋਗਾਰਦ ਲਈ ਕੁੱਲ 107 ਮੁਲਜ਼ਮ ਨਾਮਜ਼ਦ ਕੀਤੇ ਗਏ, ਪਰ ਸਿਰਫ 2 ਨੂੰ ਛੱਡ ਬਾਕੀ ਅਜੇ ਵੀ ਆਜ਼ਾਦ ਘੁੰਮ ਰਹੇ ਨੇ। ਮੁਕਾਰਬਾ ਚੌਂਕ ਨੇੜੇ ਗੁਰਦੁਆਰਾ ਗੋਬਿੰਦਸਰ ਕੋਲ 29 ਸਿੱਖਾਂ ਨੂੰ ਜਿੰਦਾ ਸਾੜਨ ਦੇ ਇੱਕ ਮਾਮਲੇ ਵਿੱਚ 5 ਮੁਲਜ਼ਮਾਂ ਖਿਲਾਫ ਉਸ ਵੇਲੇ ਦੇ SHO ਰਾਜ ਮਹਿੰਦਰ ਸਿੰਘ ਨੇ FIR ਨੰਬਰ 315/84 ਦਰਜ ਕਰਵਾਈ, ਪਰ ਜਦੋਂ ਮਾਮਲਾ ਕੋਰਟ ਕਚਹਿਰੀਆਂ ਵਿੱਚ ਪਹੁੰਚਿਆ ਤਾਂ ਸਬੂਤਾਂ ਦੀ ਅਣਹੋਂਦ ਵਿੱਚ ਜੱਜ JB ਗੋਇਲ ਨੇ ਸਾਰੇ ਮੁਲਜ਼ਮ ਬਰੀ ਕਰ ਦਿੱਤੇ, ਜਦਕਿ ਇਸ ਮਾਮਲੇ ਵਿੱਚ ਪੁਲਿਸ ਵਾਲੇ ਪ੍ਰਤੱਖ ਦਰਸ਼ੀ ਸਨ। SIT ਨੇ ਇਹ ਨਿਚੋੜ ਕੱਢਿਆ ਹੈ ਕਿ 199 ਮਾਮਲਿਆਂ ਵਿੱਚੋਂ ਕੋਈ ਵੀ ਕੇਸ ਵੱਖਰੇ ਤੋਂ ਨਹੀਂ ਵਿਚਾਰਿਆ ਗਿਆ। ਰਿਪੋਰਟ ਮੁਤਾਬਕ ਜਿਸ ਤਰ੍ਹਾਂ ਮਾਮਲੇ ਲਟਕਾਏ ਗਏ ਜਾਂ ਕਾਤਲ ਆਸਾਨੀ ਨਾਲ ਬਚ ਗਏ, ਉਹ ਇਹਨਾਂ ਤੱਥਾਂ ਵੱਲ ਇਸ਼ਾਰਾ ਕਰਦੇ ਹਨ ਕਿ ਮਾਮਲਿਆਂ ਦੀ ਜਾਂਚ ਵਿੱਚ ਕੋਈ ਦਿਲਚਸਪੀ ਨਹੀਂ ਵਿਖਾਈ ਗਈ, ਸਬੂਤ ਇਕੱਠੇ ਨਹੀਂ ਕੀਤੇ ਗਏ ਅਤੇ ਗਵਾਹਾਂ ਤੇ ਸਬੂਤਾਂ ਦੀ ਅਣਹੋਂਦ ਵਿੱਚ ਇਹ ਮਾਮਲੇ ਕੋਰਟ ਕਚਹਿਰੀਆਂ ਵਿੱਚ ਹੀ ਦਮ ਤੋੜ ਗਏ। ਰਿਪੋਰਟ ਮੁਤਾਬਕ ਕਿਸ਼ਨਗੰਜ, ਤੁਗਲਕਾਬਾਦ, ਦਯਾ ਬਸਤੀ ਤੇ ਸ਼ਹਾਦਰਾ ਰੇਲਵੇ ਸਟੇਸ਼ਨ ਤੇ ਇੱਕ ਵੀ ਸ਼ੱਕੀ ਗ੍ਰਿਫਤਾਰ ਨਹੀਂ ਕੀਤਾ ਗਿਆ, ਕਿਉਂਕਿ ਪੁਲਿਸ ਖੁਦ ਦੰਗਈਆਂ ਦੀ ਰਹਿਨੁਮਾਈ ਕਰ ਰਹੀ ਸੀ। ਦੋਸ਼ੀਆਂ ਨੂੰ ਅਣਪਛਾਤੇ 10 ਪੱਲਾ ਝਾੜ ਲਿਆ ਗਿਆ। 57 ਸਿੱਖਾਂ ਦੇ ਕਤਲ ਮਾਮਲੇ ਵਿੱਚ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ, ਇਹ ਹੈਰਾਨ ਕਰਨ ਵਾਲਾ ਹੈ। ਰਿਪੋਰਟ ਮੁਤਾਬਕ ਨਾਗਲੋਈ ਰੇਲਵੇ ਸਟੇਸ਼ਨ ਉੱਪਰ ਪੁਲਿਸ ਨੂੰ 13 ਸਿੱਖਾਂ ਦੀਆਂ ਲਾਸ਼ਾਂ ਮਿਲੀਆਂ ਸਨ, ਕੋਈ FIR ਇਸ ਮਾਮਲੇ ਵਿੱਚ ਦਰਜ ਨਹੀਂ ਕੀਤੀ ਗਈ। ਰੇਲਵੇ ਸਟਾਫ ਦੀ ਸਟੇਟਮੈਂਟ ਔਨ ਰਿਕਾਰਡ ਹੈ ਕਿ ਜਿਸ ਵੇਲੇ ਪੁਲਿਸ ਸਟੇਸ਼ਨ ਉੱਪਰ ਪਹੁੰਚੀ, ਦੰਗਈ ਉਸ ਵੇਲੇ ਉੱਥੇ ਮੌਜੂਦ ਸਨ। 13 ਸਿੱਖਾਂ ਦੀਆਂ ਮ੍ਰਿਤਕ ਦੇਹਾਂ ਅੱਧ ਸੜੀਆਂ ਪਈਆਂ ਸਨ। SIT ਰਿਪੋਰਟ ਮੁਤਾਬਕ ਪੁਲਿਸ ਨੇ ਉੱਥੋਂ ਦੰਗਈਆਂ ਨੂੰ ਆਸਾਨੀ ਨਾਲ ਨਿਕਲਣ ਦਿੱਤਾ। ਇੱਕ ਹੋਰ ਰੌਂਗਟੇ ਖੜੇ ਕਰ ਦੇਣ ਵਾਲਾ ਤੱਥ ਕਲਿਆਣਪੁਰੀ ਵਾਸੀ ਰਾਮ ਸਿੰਘ ਨੇ 1991 ਵਿੱਚ ਮਿਸ਼ਰਾ ਕਮਿਸ਼ਨ ਕੋਲ ਦਰਜ ਕਰਵਾਇਆ ਸੀ। ਉਸ ਮੁਤਾਬਕ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਅਸੀਂ 1 ਨਵੰਬਰ 1984 ਨੂੰ ਦੰਗਈਆਂ ਦਾ ਟਾਕਰਾ ਕਰਨ ਦੀ ਕੋਸ਼ਿਸ਼ ਕਰ ਰਹੇ ਸਾਂ, ਪਰ ਰਿਪੋਰਟ ਮੁਤਾਬਕ SHO ਸੂਰਵੀਰ ਸਿੰਘ ਤਿਆਗੀ ਪੁਲਿਸ ਮਦਦ ਦੇ ਬਹਾਨੇ ਅਤੇ ਉਹਨਾਂ ਨੂੰ ਬੇਹਥਿਆਰ ਕਰ ਹਿੰਸਕ ਭੀੜ ਦੇ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਤਿਆਗੀ ਨੂੰ ਇਸ ਮਾਮਲੇ ਵਿੱਚ ਸਸਪੈਂਡ ਕੀਤਾ ਗਿਆ, ਪਰ ਬਾਅਦ ਵਿੱਚ ਉਸਦੀ ਮੁੜ ਬਹਾਲੀ ਹੋ ਗਈ ਅਤੇ ਤਰੱਕੀ ਵੀ ਦਿੱਤੀ ਗਈ। SIT ਵੱਲੋਂ ਤਿਆਗੀ ਦੇ ਮਾਮਲੇ ਨੂੰ ਸਪੈਸ਼ਲ ਰਾਇਲ ਸੈੱਲ ਦਿੱਲੀ ਪੁਲਿਸ ਕੋਲ ਅਗਲੇਰੀ ਕਾਰਵਾਈ ਲਈ ਭੇਜਿਆ ਗਿਆ।
ਸੋ ਫਹਿਰਿਸਤ ਬਹੁਤ ਲੰਬੀ ਹੈ ਜੋ ਉਸ ਵੇਲੇ ਦੇ ਸਿਸਟਮ ਨੂੰ ਨੰਗਾ ਕਰਦੀ ਹੈ ਅਤੇ ਪੁਲਿਸ ਦੇ ਨਾਲ ਨਾਲ ਜੁਡੀਸ਼ਰੀ ਦੀ ਭੂਮਿਕਾ ਨੂੰ ਵੀ ਸਵਾਲਾਂ ਵਿੱਚ ਲਿਆ ਖੜਾ ਕਰਦੀ ਹੈ। ਜੇਕਰ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਹੈ, ਚਾਹੇ ਉਹ ਟੂਰਿਸਟ ਵੀਜ਼ਾ ਹੋਏ ਜਾਂ ਫਿਰ ਉਹ ਸਟੱਡੀ ਵੀਜ਼ਾ, ਕਿਸੇ ਵੀ ਕਾਰਨ ਤੋਂ, ਚਾਹੇ SOP ਜਾਂ ਫਿਰ ਤੁਹਾਡੀ ਕੋਰਸ ਦੀ ਸਿਲੈਕਸ਼ਨ ਗਲਤ ਹੋ ਗਈ ਹੈ, ਸੋ ਡੋਂਟ ਵਰੀ, ਵੀ ਹੈਵ ਬੈਸਟ ਡੈਡੀਕੇਟਿਡ ਕੈਨੇਡੀਅਨ ਟੀਮ ਫਰੋਮ ਕੈਨੇਡਾ ਜੋ ਕਿ ਤੁਹਾਨੂੰ 100% ਵੀਜ਼ਾ ਲਗਵਾਉਣ ਵਿੱਚ ਹੈਲਪ ਕਰੇਗੀ। There is no application fee for the first 100 students who are applying in the month of January and February. ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।